ਸਸਿਕਾ ਦੋਸਤੋ ਬੇਸਨ ਦਾ ਸ਼ੀਰਾ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਦੇਸੀ ਘਿਓ ਨੂੰ ਗਰਮ ਕਰਾਂਗੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਘਿਓ ਗਰਮ ਹੋ ਗਿਆ। ਹੁਣ ਇਸ ਵਿੱਚ ਮੈਂ 2 ਟੇਬਲ ਸਪੂਨ ਬੇਸਨ ਦਾ ਪਾਵਾਂਗੀ ਤੇ ਇਸ ਨੂੰ ਲੋ ਫਲੇਮ ਤੇ ਪਕਾਵਾਂਗੀ। ਇਹ ਸਰਦੀਆਂ ਵਿੱਚ ਬਹੁਤ ਵਧੀਆ ਹੁੰਦਾ ਹੈ, ਬੱਚੇ ਵੀ ਇਹਨੂੰ ਬਹੁਤ ਲਾਈਕ ਕਰਦੇ ਆ। ਮੈਂ ਆਪਣੇ ਬੱਚਿਆਂ ਨੂੰ ਤਾਂ ਹਰ ਸਰਦੀਆਂ ਵਿੱਚ ਹੀ ਦਿੰਦੀ ਹਾਂ। ਇਹ ਖਾਂਸੀ ਅਤੇ ਜ਼ੁਕਾਮ ਵੀ ਬਹੁਤ ਵਧੀਆ ਆ। ਰਾਤ ਨੂੰ ਇਸਨੂੰ ਖਾ ਕੇ ਲੇਟ ਜਾਵੋ, ਸਵੇਰ ਤੱਕ ਕਾਫੀ ਫਰਕ ਪੈ ਜਾਂਦਾ ਹੈ। ਇਹਦਾ ਅਸੀਂ ਇਸਨੂੰ ਹਿਲਾਉਂਦੇ ਰਵਾਂਗੇ। ਬੇਸਨ ਦੀ ਸਮੈਲ ਤੋਂ ਪਤਾ ਲੱਗ ਜਾਂਦਾ ਵੈ ਕਿ ਇਹ ਪੱਕ ਗਿਆ ਆ। ਇਹਦੀ ਸਮੈਲ ਬਹੁਤ ਸੋਹਣੀ ਆਉਣ ਲੱਗਦੀ ਆ। ਹੁਣ ਅਸੀਂ ਇਸ ਵਿੱਚ ਦੁੱਧ ਪਾ ਦੇਵਾਂਗੇ। ਹੁਣ ਇਸ ਵਿੱਚ ਮੈਂ ਹਾਫ ਸਪੂਨ ਵਾਈਟ ਸ਼ੂਗਰ ਪਾਵਾਂਗੀ ਅਤੇ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਸ਼ੀਰਾ ਹੁਣ ਰੈਡੀ ਆ। ਹੁਣ ਅਸੀਂ ਇਸਨੂੰ ਇੱਕ ਬਾਊਲ ਵਿੱਚ ਪਾ ਕੇ ਇਸਦੇ ਉੱਪਰ ਦੀ ਪੋਪੀ ਸੀਡਸ ਪਾ ਦੇਵਾਂਗੇ, ਜਿਸ ਨੂੰ ਕਿ ਖਸਖਸ ਕਹਿੰਦੇ ਆ। ਇਹ ਸਰਦੀਆਂ ਲਈ ਬਹੁਤ ਹੀ ਵਧੀਆ ਵਾ, ਬੱਚੇ ਵੀ ਇਹਨੂੰ ਬਹੁਤ ਲਾਈਕ ਕਰਦੇ ਆ। ਆਈ ਹੋਪ ਕਿ ਤੁਸੀਂ ਇਹਨੂੰ ਲਾਈਕ ਕਰੋਗੇ। ਥੈਂਕ ਯੂ।